ਜਦੋਂ ਮੈਂ ਕਿਹਾ ਸੀ ਕਿ ਮੈਂ ਸਿੰਗਲ ਹਾਂ ਕਿ ਤੁਸੀਂ ਕਹਿੰਦੇ ਨਾ ਨਾ ਇੱਦਾਂ ਤਾਂ ਹੋ ਨਹੀਂ ਸਕਦਾ ਹੈਗਾ ਇੱਦਾਂ ਉੱਦਾਂ ਅਤੇ ਫਿਰ ਮੈਂ ਅੱਜ ਮਨ ਬਣਾ ਹੀ ਲਿਆ ਮੈਂ ਕਿਹਾ ਚੱਲ ਤੁਹਾਨੂੰ ਫੋਟੋ ਦਿਖਾ मॉर्निंग हैव ए नाइस डे संडे अज मैं जाना उदा भी तुम्हें पता गुरुद्वारे ना पूरा भरया हों तुम पता है झोटिया की खुराक इदा ही होंगी है नज़र लग गई है मजा नहीं करता है गुड इवनिंग गुड इवनिंग हो गई है मैं अज साढ़े तीन चार हो गए मैं हमने काम नबेड़ लीए नबेड़ के फिर आप पता जाना गुरु घर तो हरिया मिर्चा मैं देखिया से मैं करते नज़र लग गई हो हीरा ही है मैं पहला की कहती सी इदा दे इदा के फफड़े की कहने ਕਿਉਂ ਲੋਕਾਂ ਦੀਆਂ ਮਾਵਾਂ ਪਤਾ ਕਿਤੇ ਨਿਆਣੇ ਦੇ ਮਤਲਬ ਕੰਨ ਦੇ ਟਿੱਕਾ ਲਾਉਂਦੀਆਂ ਛੋਟਿਆਂ ਨੂੰ ਤਾਂ ਲਾਉਂਦੀਆਂ ਐਡੇ ਵੱਡਿਆਂ ਨੂੰ ਥੋੜੀ ਲਾਉਂਦਾ ਕੋਈ ਲੈ ਕਿਉਂ ਨਹੀਂ ਲਾਉਂਦੀਆਂ ਲਾਉਂਦੀਆਂ ਆ ਮੈਂ ਵੀਡੀਓ ਦੇਖੀ ਆ ਬਾਈ ਉੱਤੇ ਭਰੋਸਾ ਰੱਖੀਦਾ ਅੰਗਰਾਂ ਦੇ ਵੀ ਆ ਸਾਰਿਆਂ ਦਾ ਮਹੀਨਾ ਵਧੀਆ ਨਿਕਲੇ ਤੇ ਪ੍ਰਮਾਤਮਾ ਆਈ ਹੋਪ ਸਰ ਤੁਸੀਂ ਘੈਂਟ ਰਹੋ ਤੇ ਫਿਰ ਗੁਰੂ ਘਰੇ ਆਪਾਂ ਚੱਲਦੇ ਹਾਂ ਠੀਕ ਹੈ ਬਣੇ ਤਾਂ ਬਲੋਗ ਨਾ ਹੁਣ ਆ ਦੇਖ ਲਓ ਕਿਵੇਂ ਬੈਠੀਆਂ ਨੇ ਹਾਏ ਬੁਗੜੂ ਏ ਬੁਗੜੂ ਬੁਗੜੂ ਇਹਨਾਂ ਜੀਭ ਲਾਉਣੀ ਆ ਜੀਭ ਵੀ ਇਹਨਾਂ ਦੇ ਕੰਡਿਆਂ ਜਿਹੇ ਵਾਲੀ ਹੁੰਦੀ ਆ ਜਿੱਦਾਂ ਕੰਡੇ ਜਿਹੇ ਨਹੀਂ ਹੁੰਦੇ ਜੀਭ 'ਚ ਇੱਦਾਂ ਹੁੰਦੇ ਆ ਕਈ ਵੇਲੇ ਮੇਰੇ ਬਾਹਾਂ ਦੇ ਮੋਢੇ 'ਤੇ ਲਾ ਦਿੰਦੀਆਂ ਨੇ ਇਹਨਾਂ ਕੰਡੇ ਹੁੰਦੇ ਪੂਰੇ ਚੱਲ ਪਾਈਏ ਪੱਠੇ ਪੱਠੇ ਪਾ ਕੇ ਫਿਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਚਾਰ ਦਿਨਾਂ ਦਾ ਮੇਲਾ ਇੱਥੇ ਬਹੁਤੀ ਦੇਰ ਨਹੀਂ ਰਹਿਣਾ ਜੋ ਬੀਜੇਗਾ ਸਾਧਕ ਚੱਲਿਆ ਉਹੀ ਵੱਢਣਾ ਪੈਣਾ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਵੀ ਤੇਰੀ ਜਾਤ ਪੁੱਛਣ ਨਾਲ ਨਾਲ ਕਵਾਲੀਆਂ ਚੱਲ ਰਹੀਆਂ ਸੀ ਮੈਂ ਨਾਲ ਨਾਲ ਕੰਮ ਕਰੀ ਜਾਂਦਾ ਪਿਆ ਮੈਂ ਕਿਹਾ ਮਾੜੀ ਗਰਮੀ ਸਿਖਾ ਲਈਏ ਗਰਮੀ ਬਹੁਤ ਹੋਈ ਆ ਪਹਿਲਾਂ ਮਾੜੀਆਂ ਗਿਣੀਆਂ ਵਾਲੀ ਜਾਂ ਮੜ ਕੇ ਹੁਣ ਧੁੱਪ ਆ ਗਈਆਂ ਪੂਰੀ ਤੇਜ਼ ਮੇਰੇ ਨਾਲ ਇੱਦਾਂ ਹੁੰਦੀ ਆ ਉੱਦਾਂ ਭਾਵੇਂ ਮੌਸਮ ਠੀਕ ਜਿਹਾ ਹੋਵੇ ਜਦੋਂ 3 ਕੁ ਵੱਜਦੇ ਆ 3:30-4 ਕੁ ਨਾਲ ਇਹਨੂੰ ਧੁੱਪ ਆ ਜਾਂਦੀ ਪੂਰੀ ਚਲੋ ਧੁੱਪ ਦਾ ਕੋਈ ਨਹੀਂ ਚੱਲ ਲਾਂਗੇ ਮੀਂਹ ਹੋਣਾ ਪਵੇ ਹੈ ਨਾ ਨੁਕਸਾਨ ਨਾ ਹੋਵੇ ਕੋਈ ਵੀ ਪਰ ਇਹ ਜਿਹਾ ਥੋੜ੍ਹਾ ਟਕਾਨ ਪੱਠੇ ਪੁੱਠੇ ਪਾ ਦਿੱਤੇ ਅੰਦਰ ਆਏ ਗੋਹਾ ਕੂੜਾ ਕਰਤਾ ਹੈ ਸਫਾਈ ਕਰਤੀ ਹੈ ਤੂੰ ਜੈੱਡ ਇਹ ਤੁਹਾਡੇ ਭਰਾ ਨੇ ਲਾਇਆ ਬੂਟਿਆਂ ਨੂੰ ਪਾਣੀ ਉਹ ਸਾਰਾ ਹੀ ਤੂੰ ਜੈੱਡ ਲਾ ਕੇ ਹੁਣ ਇਹਨਾਂ ਨੂੰ ਲੜਾਉਣਾ ਸ਼ਾਵਰ ਦੇਣਾ ਅਤੇ ਪਹਿਲਾਂ ਮੈਂ ਗਲੀ ਗਲੀ ਤੁਸੀਂ ਵੀ ਹੈ ਨਾ ਆਪਣੀ ਸਾਫ਼ ਰੱਖਿਆ ਕਰੋ ਵਾਲੇ ਦੁਆਲੇ ਸਹੀ ਹੈ ਹੋਵੇ ਕਿ ਨਹੀਂ ਸਾਫ਼ ਹੈ ਪੈਪ ਛੋਟਾ ਨਹੀਂ ਤਾਂ ਮੈਂ ਧੌਰ ਤੱਕ ਕਰਿਆ ਕਰਾਂ ਇੱਧਰੋਂ ਆਹ ਸਾਡੇ ਨੇਬਰ ਦੀ ਥੜੀ ਉੱਧਰ ਉਹ ਤੱਕ ਜਿੱਥੇ ਤੱਕ ਪੈਪ ਗਿਆ ਜਾਣੀ ਕਿ ਕਰਤਾ ਆਪਾਂ ਹੁਣ ਪਸ਼ੂ ਨੂੰ ਬਣਾਉਣੇ ਆ ਜਿਹੜਾ ਏਜੰਸੀ 'ਚੋਂ ਕਢਾਈਆਂ ਹੁੰਦੀਆਂ ਐਨ ਹੋ ਗਿਆ ਕੋਈ ਯਾਰ ਦੋਸਤ ਵੀ ਆ ਜਾਵੇ ਨਾ ਉਹ ਵੀ ਐਂ ਕਹਿੰਦਾ ਬਾਬਾ ਸਫਾਈ ਬਹੁਤ ਆ ਸਫਾਈ ਬਹੁਤ ਆ ਮੈਂ ਕਿਹਾ ਫਾਇਦਾ ਕੀ ਆ ਇਹ ਕਹਿੰਦੇ ਚੱਲ ਯਾਰ ਇੱਕ ਤਾਂ ਹੈਗੀ ਆ ਸਾਰਾ ਦਿਨ ਕੰਮ ਬਾਬੇ ਉਹ ਕੰਮ ਉਨਾ ਹੀ ਪੈ ਜਾਂਦਾ 1-2-3 ਸਤਿਆਨਾਸ ਕਹਿ ਤਾਂ ਖੱਜਲ ਉਨਾ ਹੋਣਾ ਪੈਂਦਾ ਕੰਮ ਉਨਾ ਹੀ ਪੈ ਜਾਂਦਾ ਭਾਵੇਂ 1 ਆ ਭਾਵੇਂ 2 ਪਸ਼ੂ ਆ ਭਾਵੇਂ 3 ਪਸ਼ੂ ਸਫਾਈ ਦੀਆਂ ਤੁਹਾਨੂੰ ਪਤਾ ਹੀ ਆਪਾਂ ਐਂ ਰਿੱਝਾ ਨਾ ਕਰੀਦਾ ਕੰਮ ਹੈ ਨਾ ਕਿਉਂ ਮੈਂ ਕਰਦੇ ਤਾਂ ਮੇਰੇ ਕਹਿ ਹਜੇ ਮਾਤਾ ਮੇਰੀ ਕਹਿੰਦੀ ਵੇਚਦੇ 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 ਹੈ ਨਾ ਚੱਲ ਮੁੱਲ ਲੈ ਲੈਂਦਾ ਸੀ ਦੁੱਧ ਪਰ ਮੈਂ ਨਹੀਂ ਕਿਉਂਕਿ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਨੂੰ ਮੇਰਾ ਟਾਈਮ ਵਧੀਆ ਲੰਘਦਾ ਇਹਨਾਂ ਦੇ ਨਾਲ ਹੈ ਨਾ ਕਿਉਂਕਿ ਮੈਨੂੰ ਉੱਦਾਂ ਪਹਿਲਾਂ ਥੋੜ੍ਹਾ ਟਾਈਮ ਕੋਈ ਸੀਗੀ ਗੱਲਬਾਤ ਕੋਈ ਡਿਪਰੈਸ਼ਨ ਜਿਹਾ ਹੋ ਗਿਆ ਸੀਗਾ ਹੈ ਨਾ 2 ਸਾਲ ਪਹਿਲਾਂ ਦੀ ਗੱਲ ਆ ਅਤੇ ਉਵੇਂ ਹੁਣ ਫਿਰ ਮੁੜ ਕੇ ਉਹ ਦਿਨ ਜਾਵੇ ਨਾਲੇ ਮਿਊਜ਼ਿਕ ਸੁਣੀਦਾ ਨਾਲੇ ਕੰਮ ਕਰੀਦਾ ਅਤੇ ਮਾਤਾ ਨਾਲ ਹਾਸੀਆਂ ਖੇਡੀਆਂ ਕਰ ਲਈਦੀਆਂ ਹੁਣ ਆਪਾਂ ਗੁਰੂ ਘਰੇ ਚਲੇ ਜਾਣਾ ਸ਼ਾਵਰ ਲੈ ਕੇ 6 ਵੱਜ ਗਏ ਵਾ ਅਤੇ ਉਵੇਂ ਮੈਂ ਕੋਈ ਮਾਣ ਨਹੀਂ ਕਰਦਾ ਕਿ ਜਾਣੀ ਕਿ ਉੱਦਾਂ ਆਪਾਂ ਵਧੀਆ ਵੀ ਕਈਆਂ ਨੇ ਗੱਦੇ ਲਾਏ ਹੁੰਦੇ ਥੱਲੇ ਹੈ ਨਾ ਜਾਣੀ ਕਿ ਮੈਂ ਇੰਨਾ ਆ ਕੇ ਹੋਰ ਕਿਤੇ ਤੁਸੀਂ ਭਾਵੇਂ ਦੇਖਦੇ ਹੋ ਆਪਾਂ ਇਹਨੂੰ ਓਕੇ ਰਿਪੋਰਟ ਰੱਖੀ ਬਾਬਾ ਤੁਸੀਂ ਵੀ ਕਹਿੰਦੇ ਸੀਗੇ ਯਾਰ ਤੇਰੀ ਫਰੈਂਡ ਕਿਹੜੀ ਆ ਇੱਦਾਂ ਉੱਦਾਂ ਸਾਰੇ ਮੈਸੇਜ ਕਰਦੇ ਸੀ ਹੈ ਨਾ ਜਦੋਂ ਮੈਂ ਕਿਹਾ ਸੀ ਕਿ ਮੈਂ ਸਿੰਗਲ ਹਾਂ ਕਿ ਤੁਸੀਂ ਕਹਿੰਦੇ ਨਾ ਨਾ ਇੱਦਾਂ ਤਾਂ ਹੋ ਨਹੀਂ ਸਕਦਾ ਹੈਗਾ ਇੱਦਾਂ ਉੱਦਾਂ ਅਤੇ ਫਿਰ ਮੈਂ ਅੱਜ ਮਨ ਬਣਾ ਹੀ ਲਿਆ ਮੈਂ ਕਿਹਾ ਚੱਲ ਤੁਹਾਨੂੰ ਫੋਟੋ ਦਿਖਾ ਹੀ ਦਿੰਦਾ ਹੈ ਨਾ ਅਤੇ ਮੇਰਾ ਭਰਾ ਸ਼ੇਅਰ ਨਾ ਕਰਿਓ ਠੀਕ ਹੈ ਨਾ ਲੀਕ ਲੂਕ ਕਰਦੇ ਫੋਟੋ ਅਤੇ ਜਦੋਂ ਤੁਸੀਂ ਬਲੌਗ ਦੇ ਹੱਸੀ ਨਾ ਜਦੋਂ ਤੁਸੀਂ
चलो हजे लीक लुक ना करते हजे तो शेयर ना करो है ना हजे क्योंकि मैं तुम हलवन लगा होर मैं किसी नहीं दसिया है तो देख के दस दौ मेरा भरा वधिया लगती जोड़ी कपल वधिया लगते आया फोटो बड़े टाइम की मैं सामभ के रखी हुई तो दस्यो फिर मेरा भरा ठीक है कमेंट करके वधिया जोड़ी साड़ी लो जी हो गए रेडी तो मम्मी खोलो खुला ही थोड़ा थान रह गया चल कोई गल नहीं ला हूं गड्डी कितना मिल तेरे आउंदे ना इधर लब्भना तेरा मुंडा कोई गड्डी चल तो वधिया तू सुना कितना किधर आया कल अंबरसर नूं जाना जाना ट्रेन दे विच पिंड दे चले मुंडे चल मिलते हैं फिर मिल जाए कल सच में जाना अं चेता आ गया तेन मैं दसा नहीं सवेर का कल 17 तरीक है कल इतों अं फड़ा गए ट्रेन है जाने मैं ट्रेन च कभी बैठा नहीं है तो जी कठारों फड़ा ट्रेन या फिर जो ना मिले इतों फिर जलंधरों फड़ा गए कठारों वो वाला डब्बा ए सी वाला थोड़ी करना अं अभी तो नॉर्मल च चल जाना ਸਾਰਿਆਂ ਸਤਿ ਸ੍ਰੀ ਅਕਾਲ ਆਸ ਕਰਦੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਉੱਚੀ ਬੋਲੋ ਅੱਜ ਪਵਿੱਤਰ ਸੰਗਰਾਮ ਦਾ ਦਿਹਾੜਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਾਰੇ ਅੱਜ ਗੁਰਦੁਆਰਾ ਸਾਹਿਬ ਗਏ ਹੋਣਗੇ ਅਸੀਂ ਵੀ ਚੱਲੇ ਹਾਂ ਹੁਣ ਸ਼ਾਮ ਦਾ ਟਾਈਮ ਹੋ ਗਿਆ ਅਸੀਂ ਚੱਲੇ ਹਾਂ ਧੰਨ ਧੰਨ ਬਾਬਾ ਜਵਾਰਦਾਸ ਜੀ ਦੇ ਸੂਸਾਂ ਵਾਲਿਆਂ ਦੇ ਪਤਾ ਆ ਵੀ ਹਰ ਐਤਵਾਰ ਅਸੀਂ ਉੱਥੇ ਪਹੁੰਚੀਦਾ ਹੀ ਪਹੁੰਚੀਦਾ ਆ ਮਹਾਰਾਜ ਦੇ ਘਰ ਹੈ ਨਾ ਗਾੜੀ ਹਾਜ਼ਰੀ ਲਵਾ ਕੇ ਆਈਦਾ ਹੀ ਆਈਦਾ ਆ ਤੇ ਹੋਰ ਅੰਮੀ ਜੀ ਹੋਰ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਵਿੱਚ ਹੋਈਏ ਤੇ ਗੁਰੂ ਘਰ ਅਸੀਂ ਜਾਣਾ ਹੀ ਜਾਣਾ ਆ ਮੀਂਹ ਆਵੇ ਨਹੀਂ ਆਵੇ ਮੀਂਹ ਜਾਵੇ ਹਨੇਰੀ ਜਾਵੇ ਉਹ ਆਪੇ ਹੀ ਉਸੇ ਟਾਈਮ ਸਾਨੂੰ ਤਿਆਰ ਕਰ ਲੈਂਦੇ ਆ ਜਦੋਂ ਆਪਣਾ ਮਨ ਹੋਵੇ ਵੀ ਅਸੀਂ ਜਾਣਾ ਤੇ ਉਹ ਆਪੇ ਪਹੁੰਚ ਕੇ ਤਿਆਰ ਕਰ ਲੈਂਦੇ ਆ ਵੀ ਪਹੁੰਚੋ ਤੁਹਾਡਾ ਟਾਈਮ ਹੋ ਗਿਆ ਤੇ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕਿ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਬੁਰਾ ਨਾ ਕਰੋ ਹਰ ਇੱਕ ਦਾ ਭਲਾ ਕਰੋ ਕਿਸੇ ਦਾ ਮਾੜਾ ਸੋਚੋ ਵੀ ਨਾ ਕਹਿੰਦੇ ਸੀ ਉਹ ਗੋਹੇ ਦੀ ਕਹਿੰਦੇ ਗਾਂ ਸਿੱਟਿਆ ਕਰ ਝੌਂਪੜੀ ਜੀ ਬਣਾਈ ਜਾਂਦਾ ਉਰੇ ਸਿੱਟ ਸਿੱਟ ਕੇ ਮੈਂ ਲਾਗੇ ਦੇਖ ਲੈਣਾ ਨਾ ਕਿ ਲਾਗੇ ਸਿੱਟ ਦੇਣਾ ਸਿੱਟ ਕੇ ਨੱਠਦਾ ਘਰ ਨੂੰ ਜਿੱਦਾਂ ਚੋਰੀ ਦੀ ਥਾਂ 'ਚ ਨੱਠਦਾ ਨਾ ਤਾਂ ਬੰਦਾ ਕੂੜਾ ਸਿੱਟ ਕੇ ਹੁਣ ਇਹ ਚੋਰੀ ਦੀ ਥਾਂ ਇੱਥੇ ਕੂੜਾ ਸਿੱਟ ਦੇਣ ਮੈਨੂੰ ਕੋਈ ਦੇਖ ਨਾ ਲਵੇ ਇੱਦਾਂ ਕੜਾਈ ਮਾਰਦਾ ਚੱਕ ਕੇ ਤੇ ਸਿੱਟ ਕੇ ਨੱਠ ਜਾਂਦਾ ਤੇ ਉਹਨੂੰ ਤਸੱਲੀ ਨਾ ਪਤਾ ਮੇਰਾ ਅਰਮਾਨ ਰਹਿ ਗਿਆ ਘਰੇ ਪਤਾ ਨਾ ਮੈਂ ਸੰਗਰਾਮ ਦਾ ਵੀ ਹੈ ਨਾ ਐਤਵਾਰ ਵੀ ਆ ਹਾਂ ਸੰਡੇ ਆ ਸੰਗਰਾਮ ਦਾ ਅੱਜ ਤਾਂ ਬਹੁਤ ਸੰਗਤ ਆ ਨਾ ਸੰਗਰਾਂਦ ਕਰਕੇ ਲਓ ਗੇ ਸੰਗਤ ਜੀ ਲਓ ਕਰ ਲਓ ਦਰਸ਼ਨ ਧੰਨ ਧੰਨ ਬਾਬਾ ਜਵਾਹਰਦਾਸ ਜੀ ਲੋਕ ਕਿੱਡੀ ਦੂਰੋਂ ਦੂਰੋਂ ਆਉਂਦੇ ਤੁਹਾਨੂੰ ਮੈਂ ਦੇ ਲਓ ਘਰੇ ਬੈਠਿਆਂ ਨੂੰ ਕਰਾ ਦਿੰਦਾ ਆਹ ਬਹੁਤ ਗਲਤ ਗੱਡੀਆਂ ਲਾਈਆਂ ਇਹ ਨਹੀਂ ਇੱਧਰ ਸਾਈਡ ਦੇ ਅੰਦਰ ਕਿੱਦਾਂ ਲਾਊ ਬੰਦਾ ਗੱਡੀ ਸ਼ੋਪਾਂ ਵੀ ਲੱਗੀਆਂ ਅੱਜ ਤਾਂ ਗੱਡੀ ਕਿੱਧਰ ਦੀ ਵੜ ਰਹੀ ਆ ਇੰਨੀ ਸੰਗਤ ਆ ਨਾ ਗੱਡੀ ਸਰੋਵਰ ਕੋਲ ਦੇ ਲਾਈ ਆਈ ਵਾਹਿਗੁਰੂ ਬਹੁਤ ਜ਼ਿਆਦਾ ਗੱਡੀਆਂ ਗੁੱਡੀਆਂ ਸੰਗਤ ਵੀ ਬਹੁਤ ਜ਼ਿਆਦਾ ਆਪਾਂ ਮੋਹਲੇ ਗੇਟ ਰਾਹੀਂ ਜਾਂਦੇ ਜਿੱਧਰ ਅੱਗੇ ਜਾਂਦੇ ਠਾਕੁਰ ਜੀ
लंगर की वेट करते ने भरा अपने बाद लंगर स्टार्ट ही है अंदर रच बहुत ता करके अज संगरांद करके रश आगे संडे नूं जिद्दां थोड़ी जिही संगत हुंदी है ना आ गया लाता सबसक्राइबर मोटीवेट ज्ञान मोटीवेट अच्छा ये चैनल है इतने जो बाबे का तुम देखना ना गुरबाणी सीधा घर यूट्यूब से ये उपर दे सकते हैं अपनी लंगर की बारी आ गई जू लंगर की बारी आप चौल खाने चौल चौल खाने ठीक है महाराज सत श्रीकाल जी ਹੋਰ ਚੜ੍ਹਦੀ ਗੱਲ ਆ ਇੱਧਰੋਂ ਕੱਢਣੇ ਇੱਧਰ ਇੱਧਰ ਕੱਢ ਲੈ ਇਹਨੇ ਆਵਾਜ਼ ਮਾਰ ਲਿਆ ਨਾ ਇੱਥੋਂ ਆ ਜਾਣਾ ਬਾਬੇ ਆ ਘਰ ਉਹਨਾਂ ਦਾ ਜੀ ਟੱਕਣਾ 60 ਕਿਲੋ ਹੋਇਆ ਟੋਟਲ ਹੈ ਭਾਵਨ 60 ਨਹੀਂ ਇਹ ਹੁਣ ਕੁਇੰਟਲ ਹੈ ਜੀ 82 ਕਿਲੋ 600 ਗ੍ਰਾਮ चलो चलिए माता मेरी उड़ीक दी कहने कदर चल गया आया चलो भाजी आ जाओ रात न आना जो दिन रश जहाँ ना हो दुध रख के आए माता जी रख के हाँ जी चलो ताजी ने हम जाना आंटिया छड़न जो लंगर बनाते हैं ना इतने असं भी हम चलीए माता मारीे बाद ग्रुप बना लिया बाई ने बाई कहता ग्रुप बना के सेवा करनी है जो कोई भी सेवा होया करूगी मैं दस दया करूँगा गुरु घर है ना बंदे बद ऐड कर लाने मैं बंदे उ करने पर जो खड़े पैर आ भी जाने ना भवन हो गया मैं हो गया बाकी दो तीन होर बंदे कर लाने ऐड बद ऐसा लगा मेरा मजाक और स्नैपचैट फिल्टर है कुड़ी वाला ठीक है बाय टाटा।